ਇੱਥੇ ਕੋਈ ਵੀ ਨਹੀਂ ਹੈਗਾ ਭਾਜੀ, ਸਾਨੂੰ ਕਿੱਦਾਂ ਦੇ ਦੋ ਹੋ ਗਏ? ਘੰਟੇ ਹੋ ਗਏ ਇੱਥੇ, ਦੋ ਵਾਰੀ ਆਪਾਂ ਆਏ ਹਾਂ। ਫਤਿਹਗੜ੍ਹ ਚੂੜੀਆਂ ਦੇ ਵਿੱਚ ਡੇਰਾ ਬਾਬਾ ਨਾਨਕ ਰੋਡ ਤੇ ਕੁਝ ਸ਼ਰਾਰਤੀ ਅਨਸਰਾਂ ਦੇ ਵੱਲੋਂ ਗੁੰਡਾਗਰਦੀ ਕੀਤੀ ਗਈ। ਇੱਕ ਘਰ ਤੇ ਹਮਲਾ ਕੀਤਾ ਗਿਆ। ਘਰ ਦੇ ਵਿੱਚ ਮੌਜੂਦ ਇੱਕ ਵਿਸ਼ਾਲ ਮਸੀਹ ਨਾਮ ਦਾ ਨੌਜਵਾਨ ਅਤੇ ਇੱਕ ਔਰਤ ਨੂੰ ਤੇਜ਼ਤਰ ਹਥਿਆਰਾਂ ਦੇ ਨਾਲ ਹਮਲਾ ਕਰਕੇ ਉਹਨਾਂ ਨੂੰ ਜ਼ਖਮੀ ਕੀਤਾ ਗਿਆ। ਜ਼ਖਮੀ ਨੌਜਵਾਨ ਵਿਸ਼ਾਲ ਮਸੀਹ ਦੀ ਚਾਚੀ, ਭੈਣ ਅਤੇ ਦਾਦੀ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਬਿਨਾਂ ਵਜ੍ਹਾ ਉਹਨਾਂ ਨੇ ਘਰ ਦੇ ਵਿੱਚ ਆ ਕੇ ਹੁੱਲੜਬਾਜ਼ੀ ਕੀਤੀ। ਵਾਰਡ ਨੰਬਰ 13 ਦੇ ਵਿੱਚ ਸ਼ਰਾਰਤੀ ਅਨਸਰਾਂ ਦਾ ਇੱਕ ਕਾਰਨਾਮਾ ਸਾਹਮਣੇ ਆਇਆ। ਘਰ ਦੀ ਵੀ ਇਹਨਾਂ ਦੇ ਵੱਲੋਂ ਭੰਨ ਤੋੜ ਕੀਤੀ ਗਈ। ਜ਼ਖਮੀ ਲੋਕਾਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਦੂਜੇ ਬੰਨੇ ਸਰਕਾਰੀ ਹਸਪਤਾਲ ਦੇ ਵਿੱਚ ਜਦੋਂ ਲੈ ਕੇ ਇਹਨਾਂ ਨੂੰ ਗਏ ਤਾਂ ਉੱਥੇ ਕੋਈ ਵੀ ਡਾਕਟਰ ਮੌਜੂਦ ਨਹੀਂ ਸੀ। ਪੀੜਤ ਪਰਿਵਾਰ ਨੇ ਕਿਹਾ ਕਿ ਸਰਕਾਰੀ ਹਸਪਤਾਲ ਦੇ ਵਿੱਚ ਇਲਾਜ ਲਈ ਜ਼ਖਮੀਆਂ ਨੂੰ ਲਿਆਂਦਾ ਗਿਆ, ਪਰ ਉੱਥੇ ਕੋਈ ਵੀ ਡਾਕਟਰ, ਕੋਈ ਵੀ ਸਟਾਫ ਮੌਜੂਦ ਨਹੀਂ ਸੀ। ਡੇਢ ਘੰਟਾ ਬੀਤ ਜਾਣ ਤੋਂ ਬਾਅਦ ਕੋਈ ਡਾਕਟਰ ਨਹੀਂ ਆਇਆ, ਜਿਸ ਕਾਰਨ ਪੀੜਤਾਂ ਦੇ ਵਿੱਚ ਗੁੱਸਾ ਦੇਖਿਆ ਗਿਆ। ਭਾਈ ਇਹ ਗੱਲ ਇੱਦਾਂ ਹੈ ਵੀ ਲੜਾਈ ਹੋਈ 5-6 ਮਹੀਨੇ ਹੋ ਗਏ ਆ, ਠੀਕ ਆ, ਅਤੇ ਇਹ ਮੈਨੂੰ ਰੋਜ਼ ਇਹਨਾਂ ਦਾ ਬੰਦਾ ਪ੍ਰਿੰਸ ਇਹ ਮੈਨੂੰ ਇੰਸਟਾਗ੍ਰਾਮ 'ਤੇ ਮੈਸੇਜ ਕਰਦਾ ਸੀ ਵੀ ਤੁਸੀਂ ਡਰ ਗਏ, ਤੁਸੀਂ ਹੈ ਨਾ ਡਰ ਕੇ ਘਰੋਂ ਨਹੀਂ ਬਾਹਰ ਨਿਕਲਦੇ, ਹੈਂ ਘਰੋਂ ਨਹੀਂ ਬਾਹਰ ਨਿਕਲਦੇ, ਕੀ ਗੱਲ ਹੈਂ। ਅਤੇ ਫਿਰ ਇਹਨੇ ਰਾਤ ਫੋਨ ਕੀਤਾ, ਇਹਨੇ ਮੈਨੂੰ ਫੋਨ ਕੀਤਾ, ਮੈਨੂੰ ਕਹਿੰਦਾ ਇੱਧਰ ਆ ਜਾਓ ਰਵੀ ਦਾ ਚੌਂਕ 'ਤੇ, ਟਾਈਮ ਪਾ ਲਓ ਸਾਡੇ ਨਾਲ, ਹੈਂ। ਅਤੇ ਇਹਨੇ ਮੇਰੀ ਭੈਣ ਗਾਲਾਂ ਕੱਢੀਆਂ, ਮਾਵਾਂ ਦੀਆਂ, ਭੈਣਾਂ ਦੀਆਂ, ਠੀਕ ਹੈ, ਮਾਵਾਂ ਭੈਣਾਂ ਦੀਆਂ ਗਾਲਾਂ ਕੱਢੀਆਂ। ਅਤੇ ਅੱਜ ਇਹ ਸ਼ਾਮੀ ਐਂ ਦੀ ਲੰਘਣ ਡੇ ਸੀ, ਮੈਂ ਆਵਾਜ਼ ਮਾਰੀ ਦੋ ਜਣੇ, ਇਹਨੂੰ ਮੈਂ ਆਵਾਜ਼ ਮਾਰੀ ਪ੍ਰਿੰਸ ਨੂੰ, ਇਹਨੂੰ ਮੈਂ, ਅਤੇ ਇਹਨਾਂ ਗਾਲਾਂ ਕੱਢੀਆਂ ਮੈਨੂੰ, ਠੀਕ ਹੈ, ਗਾਲਾਂ ਕੱਢੀਆਂ। ਅਤੇ ਅੱਜ ਮੈਂ ਬੈਠਾਂ ਬਾਹਰ ਆਪਣੇ ਘਰ ਦੇ ਬਾਹਰ ਆਣ ਕੇ ਬੈਠਾ, ਅਤੇ ਇਹ ਆਏ 5-6 ਜਣੇ, ਠੀਕ ਹੈ, ਆਣ ਕੇ ਇਹਨਾਂ ਨੇ ਮੇਰੇ ਸਿਰ 'ਤੇ ਦਾਤਰ ਮਾਰੇ, ਘਰੇ ਮਾਰੇ। ਕਿੰਨੇ ਜਣੇ ਆਏ? ਆਏ 5-6 ਜਣੇ ਆਏ ਜੀ। ਹਾਂਜੀ, ਮੇਰੀ ਚਾਚੀ ਦੇ ਲੱਗੀ ਬਾਂਹ 'ਤੇ, ਹਾਂਜੀ, ਅਤੇ ਮੇਰੀ ਤਾਈ ਬਿਮਾਰ ਵਾ, ਰਹਿੰਦੀ ਆ, ਸ਼ੂਗਰ ਦੀ ਮਰੀਜ਼ ਆ, ਉਹ ਵੀ ਠੀਕ ਨਹੀਂ, ਅਤੇ ਉਹਨੂੰ ਵੀ ਧੱਕਾ ਮਾਰ ਕੇ ਛੱਡ ਉਹਨਾਂ ਮਾਰਿਆ। ਇੱਥੇ ਕੋਈ ਵੀ ਨਹੀਂ ਹੈਗਾ ਭਾਜੀ, ਸਾਨੂੰ ਦੋ ਘੰਟੇ ਹੋ ਗਏ ਇੱਥੇ, ਦੋ ਵਾਰੀ ਆਪਾਂ ਆਏ ਹਾਂ, ਠੀਕ ਆ, ਅੱਗੇ ਵੀ ਆਏ, ਅੱਗੇ ਵੀ ਅੱਧਾ ਪੌਣਾ ਘੰਟਾ ਬਹਿ ਕੇ ਚੱਲ ਗਏ, ਕੋਈ ਵੀ ਨਹੀਂ, ਹੁਣ ਫੇਰ ਹੀ ਆਏ, ਹੁਣ ਵੀ ਕੋਈ ਨਹੀਂ ਹੈਗਾ। ਨਸ਼ਾ ਖਾ ਕੇ ਆਉਂਦੇ, ਜੋ ਚਿੱਟਾ ਵੇਚਦੇ ਵੀ ਆ ਤੇ ਚਿੱਟਾ ਖਾਂਦੇ, ਕੈਪਸੂਲ ਪ੍ਰੈਗਾ ਵੇਚਦੇ ਜੋ ਨਾਲੇ ਨਾਲੇ ਖਾ ਕੇ, ਤੇ ਫੇਰ ਨਸ਼ੇ ਦੇ ਵਿੱਚ ਆਣ ਕੇ ਸਾਡੇ ਤੇ ਹਮਲਾ ਕੀਤਾ ਜੋ ਇਹਨਾਂ ਨੇ। ਭਾਜੀ ਮੁੰਡੇ ਦੀ ਕੋਈ ਹੋਊਗੀ ਲੜਾਈ ਝਗੜਾ ਹੋਊਗਾ ਮੁੰਡੇ ਦਾ ਕੋਈ, ਤੇ ਮੁੰਡਾ ਇਕੱਲਾ ਹੀ ਘਰ, ਤੇ ਇੱਥੇ ਬੈਠਾ ਦੁਕਾਨ ਤੇ, ਤੇ ਦਾਤਰ ਲੈ ਕੇ ਪਹਿਲੋਂ ਦੋ ਜਣੇ ਆਏ ਨੇ, ਦੋ ਜਣੇ ਉਹਨੂੰ ਇੱਥੇ ਗਾਲਾਂ ਕੱਢ ਕੇ ਤੇ ਐਨ ਚੱਲ ਗਏ ਨੇ, ਤੇ ਮੁੜ ਕੇ 3-4 ਮੋਟਰਸਾਈਕਲ ਭਰ ਕੇ ਮੁੰਡੇ ਆ ਗਏ ਨੇ, ਵਾਹਵਾ ਹੀ 8-10 ਜਣੇ ਮੁੰਡੇ ਸੀ, ਤੇ ਦਾਤਰਾਂ ਦੇ ਨਾਲ ਮੁੰਡੇ ਨੂੰ ਕੁੱਟ ਕੇ ਗਏ, ਤੇ ਸਾਡੇ ਘਰ ਰੋੜਿਆਂ ਦੇ ਨਾਲ ਵਾਰ ਕਰਕੇ ਗਏ। ਸਾਡੇ ਘਰ ਕੋਈ ਨਹੀਂ, ਇਕੱਲਾ ਮੁੰਡਾ ਤੇ ਅਸੀਂ ਜਨਾਨੀਆਂ ਤੇ ਕੁੜੀਆਂ ਸੀ ਸਾਡੀਆਂ ਇਕੱਲੀਆਂ ਘਰ, ਤੇ ਗੰਦੀਆਂ ਗਾਲਾਂ ਕੱਢ ਕੇ ਗਏ ਨੇ ਸਾਨੂੰ, ਇੰਨੀਆਂ ਗੰਦੀਆਂ ਗਾਲਾਂ ਕੱਢ ਕੇ ਗਏ ਕਿ ਸੁਣਨ ਵਾਲੀਆਂ ਨਹੀਂ, ਤੇ ਰੋੜੇ ਵੇਖੋ ਕਿੱਥੋਂ ਤੱਕ, ਸਾਡੇ ਗੇਟ ਭੰਨ ਕੇ ਗਏ, ਕੁਰਸੀਆਂ ਸਾਡੀਆਂ ਤੋੜ ਗਏ ਨੇ। ਹਾਂਜੀ, ਮੁੰਡੇ ਨੂੰ ਸੱਟਾਂ ਲੱਗੀਆਂ ਤੇ ਉਹਦੀ ਚਾਚੀ ਦੀ ਬਾਂਹ ਤੇ ਦਾਤਰ ਮਾਰ ਕੇ ਗਏ ਨੇ, ਮੁੰਡੇ ਨੂੰ ਦੋ ਜਗ੍ਹਾ ਤੋਂ ਸਿਰ ਪਾੜ ਗਏ ਨੇ ਉਹਦਾ। 8-10 ਜਣੇ ਹੈਗੇ ਸੀ। ਹਾਂਜੀ, ਅਜੇ ਤੇ ਗਏ ਜੋ ਮੁੰਡੇ ਤੇ, ਪਰ ਅਜੇ ਤੱਕ ਕੋਈ ਪੁਲਿਸ ਨਹੀਂ ਆਈ ਵੀ, ਕੋਈ ਪੁਲਿਸ ਨਹੀਂ ਆਈ, ਕੋਈ ਸਾਡੀ ਸੁਣਵਾਈ ਨਹੀਂ ਹੋਈ ਵੀ, ਜਦ ਤੱਕ ਪੁਲਿਸ ਨੇ ਕੋਈ ਮੌਕਾ ਨਹੀਂ ਆਣ ਕੇ ਵੇਖਦੀ ਤੇ ਕੀ ਸਾਡੀ ਸੁਣਵਾਈ ਆ। ਉਹ ਵਿਚਾਰਿਆਂ ਦੀ ਸਾਡੇ ਲਾਗੇ ਦੁਕਾਨ ਆ, ਉਹਨਾਂ ਦੀ ਸਾਰੀ ਦੁਕਾਨ ਉਹਨਾਂ ਦੀ ਖਿਲਾਰ ਕੇ, ਸੌਦਾ ਸਾਰਾ ਖਿਲਾਰ ਪਲਾਰ ਕੇ, ਮੁੰਡਾ ਉੱਥੇ ਬੈਠਾ ਸੀ,
ਉੱਥੇ ਕੁੱਟ ਕੇ ਗਏ ਨੇ, ਭਾਵੇਂ ਦੁਕਾਨ ਵਾਲਿਆਂ ਨੂੰ ਵੀ ਤੁਸੀਂ ਪੁੱਛ ਲਓ। ਮੁੰਡੇ ਫਤਿਹਗੜ੍ਹ ਦੇ ਨੇ, ਉਹ ਵਾਰਡ ਨੰਬਰ ਭਾਅ ਜੀ ਇਹਨਾਂ ਦੀ ਕਿਹੜੀ 10 ਨੂੰ ਆਟ ਹੈ, ਹੁਣ 13 ਵਾਰਡ ਨੰਬਰ ਮੁੰਡਿਆਂ ਦੀ ਹੋਊਗੀ, ਸਾਨੂੰ ਤਾਂ ਪਤਾ ਨਹੀਂ ਜੋ ਕੋਈ ਫਕੀਰ ਅੰਦਰ ਸੀ ਹੈਗੀ ਕੋਈ ਐਡੀ। ਹਾਂਜੀ ਘਰ ਦੇ ਅੰਦਰ ਰੋੜੇ ਚਲਾਏ ਜੋ ਅਸੀਂ ਇੱਥੇ ਬੈਠੇ ਆਣ ਕੇ 5-7 ਮੁੰਡੇ ਸੀ, 10 ਤੇ ਪੈ ਗਏ ਗੱਲ ਮੁੰਡੇ ਦੇ, ਉਹ ਵੀ ਇੱਥੇ ਖਲੋਤਾ ਸੀਗਾ, ਨਾਲੇ ਮੈਨੂੰ ਵੀ ਰੋੜੇ ਰਾੜੇ ਮਾਰੇ ਆ, ਮੇਰੀ ਨੂੰਹ ਨੂੰ ਤੇ ਦਾਤਰ ਮਾਰਿਆ ਇੱਥੇ ਮੁੰਡੇ ਦੇ, ਦੋ ਥਾਈ ਦਾਤਰ ਮਾਰ ਦਿੱਤਾ ਵਾ ਇਹਨਾਂ ਮੁੰਡਿਆਂ ਨੇ, ਨਾ ਕੋਈ ਗੱਲ ਨਾ ਬਾਤ, ਹੁਣ ਤੇਰਾ ਨਸ਼ਾ ਖਾ ਖਾ ਕੇ ਤੇ ਸਾਡੇ ਗੱਲ ਪੈਂਦੇ ਮੁੰਡਿਆਂ ਨੇ। ਘੰਟਾ ਇੱਕ ਹੋ ਗਿਆ ਆਏ ਨੂੰ, ਅੱਧਾ ਪੌਣਾ ਘੰਟਾ ਹੋ ਗਿਆ ਆਏ ਨੂੰ, ਕੋਈ ਡਾਕਟਰ ਨਹੀਂ ਹੈਗਾ, ਕੋਈ ਇੱਥੇ ਪੇਸ਼ੈਂਟ ਨਹੀਂ, ਤੇ ਇੱਥੇ ਕੋਈ ਮਰੀਜ਼ ਨਹੀਂ। ਫਿਰ ਅਸੀਂ ਘਰ ਚਲ ਗਏ ਘਰੋਂ, ਫਿਰ ਅਸੀਂ ਆਪਣੇ ਪਰਿਵਾਰ ਨੂੰ ਲੈ ਗਏ, ਕੋਈ ਵੀ ਨਹੀਂ ਹੈਗੇ। ਆਹ ਵੇਖੋ ਇੱਧਰ ਵੀ ਸਾਰੇ ਰੂਮ ਖਾਲੀ ਪਏ ਨੇ, ਆਹ ਵੇਖੋ ਦਫ਼ਤਰ 'ਚ ਕੋਈ ਸਟਾਫ ਨਹੀਂ, ਕੋਈ ਨਹੀਂ ਹੈਗਾ, ਸਭ ਕੁਰਸੀਆਂ ਖਾਲੀਆਂ ਪਈਆਂ ਨੇ। ਅਸੀਂ ਹੁਣ ਬੰਦੇ ਦਾ ਇਲਾਜ ਕਰਾਉਣਾ ਕਿ ਕਿੱਦਾਂ ਕਿੰਨਾ ਕੁ ਜਾਈਏ, ਹੁਣ ਪ੍ਰਾਈਵੇਟ ਤਾਂ ਇਹਨੂੰ ਕਰ ਨਹੀਂ ਸਕਦੇ, ਸਰਕਾਰੀ ਹੋਸਪਿਟਲ ਹੀ ਇਹਨੂੰ ਲੈ ਕੇ ਆਉਣਾ। ਇਹਦਾ ਇਲਾਜ ਨਹੀਂ ਸ਼ੁਰੂ ਹੋਇਆ? ਨਾ ਆਏ ਸਰ, ਇੱਥੋਂ ਅੱਧਾ ਘੰਟਾ 15-20 ਮਿੰਟ ਬਹਿ ਕੇ ਫਿਰ ਘਰ ਚਲ ਗਏ, ਡਾਕਟਰ ਇੱਥੇ ਹੈ ਨਹੀਂ, ਹੁਣ ਫਿਰ ਅਸੀਂ ਆਏ ਹਾਂ, ਅੱਧੇ ਪੌਣੇ ਘੰਟੇ ਬਾਅਦ ਫਿਰ ਆਏ ਹਾਂ ਆਪਾਂ ਆਪਣੇ ਪਰਿਵਾਰ ਨੂੰ ਲੈ ਕੇ, ਅਤੇ ਅਜੇ ਤੱਕ ਕੋਈ ਵੀ ਡਾਕਟਰ ਨਹੀਂ ਇੱਥੇ ਹੀ ਨਹੀਂ ਹੈਗਾ, ਸਟਾਫ ਇੱਥੇ ਹੈ ਨਹੀਂ ਆ, ਮੁੰਡੇ ਦੇ ਸਿਰ 'ਚ ਦਾਤਰ ਵੱਜੇ ਨੇ, 5-7 ਜਣੇ ਆਣ ਕੇ ਅਤੇ ਹੱਥੀ ਪੈ ਗਏ ਨੇ, ਉਹਨਾਂ ਕੋਲ ਸੰਦ ਦੇ ਸਮਾਨ ਵੇਚਦੇ ਚਿੱਟਾ ਸ਼ਰਿਆਂ, ਅਤੇ ਇੱਥੇ ਹੋਸਪਿਟਲ ਆਏ ਨੂੰ ਉਹਨੂੰ ਅੱਧਾ ਪੌਣਾ ਘੰਟਾ ਹੋ ਗਿਆ, ਅਜੇ ਕੋਈ ਡਾਕਟਰ ਨਹੀਂ ਇੱਥੇ ਹੈਗਾ। ਭਾਅ ਜੀ ਕੰਟੈਕਟ ਤਾਂ ਇਹਨਾਂ ਵਿਚਾਰੇ ਮਰੀਜ਼ਾਂ ਨੇ ਕੀ